ਹਾਂਜੀ ਸਤ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਆਪ ਸਾਰੇ ਠੀਕ ਠਾਕ ਹੋ? ਸਤਿਗੁਰੂ ਦੀ ਰਹਿਮਤ ਸਭ 'ਤੇ ਵਰਤੇ। ਅਤੇ ਹੁਣ ਆਪਾਂ ਅੱਜ ਬਲੌਕ ਦੀ ਸ਼ੁਰੂਆਤ ਕਰ ਰਹੇ ਹਾਂ ਜੀ। ਅਤੇ ਇਸ ਵੇਲੇ ਤਕਰੀਬਨ ਦੁਪਹਿਰ ਹੋ ਚੁੱਕੀ ਹੈ, ਪਰ ਅੱਜ ਮੌਸਮ ਬਹੁਤ ਵਧੀਆ ਹੈ। ਧੁੱਪ ਨਿਕਲੀ ਹੈ, ਹਵਾ ਚੱਲ ਰਹੀ ਹੈ, ਅਤੇ ਅਸੀਂ ਮਿਲਪੀਟਸ ਸ਼ਹਿਰ ਦਾ ਨਾਂ ਹੈ ਜੀ, ਅਤੇ ਉੱਥੇ ਇੱਕ ਪਾਰਕ ਵਿੱਚ ਇਸ ਵੇਲੇ ਬੈਠੇ ਹਾਂ ਅਤੇ ਆਪ ਜੀ ਨਾਲ ਗੱਲਬਾਤ ਕਰ ਰਹੇ ਹਾਂ। ਨਾਲੇ ਮੈਂ ਆਖਿਆ ਬਲੌਕ ਦੀ ਸ਼ੁਰੂਆਤ ਕਰ ਲਈਏ। ਅਤੇ ਸਾਧ ਸੰਗਤ ਜੀ, ਉਹ ਅੱਜ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਗੁਰਪੁਰਬ ਦਿਹਾੜੇ ਵੀ ਮਨਾਏ ਜਾ ਰਹੇ ਨੇ। ਇੱਥੇ ਫਰੀ ਮਾਊਂਟ ਵਿਖੇ ਸਾਡੇ ਕੀਰਤਨ ਚੱਲ ਰਹੇ ਨੇ, ਸਮਾਗਮ, ਅਤੇ ਉੱਥੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬਾਂ ਨੂੰ ਸਮਰਪਿਤ ਹੋ ਕੇ ਔਰ ਉਹਨਾਂ ਦੀ ਯਾਦ ਵਿੱਚ ਗੁਰੂ ਕੀ ਬਾਣੀ ਦੇ ਨਾਲ ਸਾਧ ਸੰਗਤ ਨੇ ਜੋੜਨ ਦਾ ਉਪਰਾਲਾ ਕੀਤਾ ਜੀ। ਸੋ ਅੱਜ ਸ਼ਾਮ ਨੂੰ ਉੱਥੇ ਕੀਰਤਨ ਹੋਣੇ ਨੇ। ਸੋ ਇਸ ਵੇਲੇ ਅਸੀਂ ਇੱਕ ਪਾਰਕ ਵਿੱਚ ਹਾਂ ਅਤੇ ਆਪ ਜੀ ਨਾਲ ਗੱਲਬਾਤ ਕਰ ਰਹੇ ਹਾਂ, ਫਿਰ ਅੱਗੇ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਵੀ ਪ੍ਰੋਗਰਾਮ ਬਣਦਾ। ਹਾਂਜੀ, ਬ੍ਰੇਕ 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 ਜਿਵੇਂ ਦੱਸਿਆ ਸੀ, ਆਪ ਜੀ ਨੂੰ ਦਿਖਾਇਆ ਸੀ, ਉਹ ਛੋਟਾ ਜਿਹਾ ਬੱਚਾ ਦੇਖ ਲਓ, 2 ਸਾਲ ਦਾ ਹੋਣਾ ਉਹ। ਇੱਥੇ ਦੇਖੋ ਇਹ ਗੋਰੇ ਆਪਣੇ ਬੱਚਿਆਂ ਨੂੰ ਕਿੰਨੀ ਜਲਦੀ ਹਰ ਕੰਮ ਸਿਖਾਉਂਦੇ ਨੇ। ਛੋਟਾ ਸਾਈਕਲ ਸੀ ਉਹਦਾ, ਕਿੰਨਾ ਪਿਆਰਾ, ਕਿੰਨਾ ਕਿਊਟ ਬੱਚਾ ਲੱਗ ਰਿਹਾ ਸੀ ਉਹ। ਅਤੇ ਹਰ ਇੱਕ ਚੀਜ਼ ਇੱਥੇ ਬੱਚਿਆਂ ਨੂੰ ਉਹਨਾਂ ਦੇ ਪੇਰੈਂਟਸ ਸਿਖਾਉਂਦੇ ਨੇ, ਜਿਵੇਂ ਸਕੇਟਿੰਗ ਕਰਨੀ ਅਤੇ ਤੈਰਨਾ। ਛੋਟੇ ਛੋਟੇ ਬੱਚੇ ਬੜੀ ਛੇਤੀ ਤੈਰਨਾ ਸਿੱਖ ਲੈਂਦੇ ਨੇ। ਅਤੇ ਇੱਥੇ ਫ੍ਰੀ ਆ, ਸ਼ਾਮੀ ਕੀਰਤਨ ਆ, ਅਤੇ ਅਸੀਂ ਕਿਹਾ ਚਲੋ ਪਾਰਕ ਚੱਲਦੇ ਹਾਂ, ਅੱਜ ਝੂਲੇ ਲੈ ਆਈਏ, ਪੀਂਘ ਝੂਟ ਲਈਏ ਨਾਲੇ। ਅਤੇ ਹੁਣ ਪੀਂਘ ਝੂਟਣੇ ਹਾਂ ਅਤੇ ਨਾਲੇ ਅੱਜ ਅਸੀਂ ਕਿਹਾ ਬਲੌਕ ਬਣਾਈਏ ਅਤੇ ਪਾਰਕ ਦਾ ਬਲੌਕ ਵੀ ਅਸੀਂ ਕਿਹਾ ਵਿਖਾਈਏ ਇੱਕ ਅੱਧਾ। ਮੇਰੇ ਖਿਆਲ ਇੱਕ ਅਸੀਂ ਪਿਛਲੀ ਵਾਰੀ ਸ਼ਾਇਦ ਪਾਰਕ ਦਾ ਬਲੌਕ ਸ਼ੂਟ ਕੀਤਾ ਸੀ, ਪਰ ਅੱਜ ਅਸੀਂ ਦੂਜਾ ਬਲੌਕ ਅੱਜ ਫਿਰ ਇੱਥੇ ਸ਼ੁਰੂ ਕੀਤਾ ਹੈ, ਕਿਉਂਕਿ ਅੱਜ ਠੰਡ ਬਹੁਤ ਘੱਟ ਆ ਅਤੇ ਧੁੱਪ ਵਧੀਆ ਨਿਕਲੀ ਆ, ਇਸ ਕਰਕੇ ਅੱਜ ਅਸੀਂ ਨਵਾਂ ਬਲੌਕ ਸ਼ੁਰੂ ਕੀਤਾ ਅਤੇ ਪੀਂਘ ਝੂਲ ਰਹੇ ਹਾਂ ਅਤੇ ਨਾਲ ਆਪ ਜੀ ਦੇ ਨਾਲ ਗੱਲਬਾਤ ਕਰ ਰਹੇ ਹਾਂ। ਅਤੇ ਚਲੋ ਫਿਰ ਅਗਲੀ ਜਿਹੜੀ ਰਾਈਡ ਆ ਉੱਤੇ
ਦੱਸਿਆ ਤੁਹਾਨੂੰ ਭਾਈ ਸਾਹਿਬ ਹੁਣਾਂ ਕਿ ਹਵਾ ਬੜੀ ਚੱਲ ਰਹੀ ਇੱਥੇ ਵੀ ਅਤੇ ਮੌਸਮ ਬਹੁਤ ਵਧੀਆ ਅਤੇ ਘੁੰਮਣ ਆਏ ਸੀ ਸੈਰ ਕਰਨ ਅਤੇ ਹੁਣ ਆਪਾਂ ਇੱਥੋਂ ਸੈਰ ਕਰ ਲਈ ਆ ਅਤੇ ਇੱਕ ਘੰਟਾ ਪੂਰਾ ਭਾਈ ਸਾਹਿਬ ਨੂੰ ਵਾਕ ਕਰਾ ਦੇਈ ਦੀ ਨਾਲੇ ਆਪ ਕਰ ਲਈ ਦੀ ਆ ਫ੍ਰੀ ਹੋਈ ਦਾ ਦਿਨ ਅਤੇ ਹੁਣ ਆਪਾਂ ਚੱਲੇ ਹਾਂ ਜੀ ਘਰ ਅਤੇ ਬੜੀ ਮਾੜੀ ਦੀ ਕਿਰਪਾ ਅਤੇ ਬਹੁਤ ਮੈਸੇਜ ਆ ਰਹੇ ਇੰਡੀਆ ਤੋਂ ਵੀ ਭਾਈ ਸਾਹਿਬ ਨੂੰ ਸੰਗਤਾਂ ਪੁੱਛਦੀਆਂ ਕਦੋਂ ਆਉਣਾ ਅਤੇ ਆਪਾਂ ਸ਼ਾਇਦ ਜਨਵਰੀ 'ਚ ਵਾਪਸ ਆਵਾਂਗੇ ਜੀ ਮਹਾਰਾਜ ਕਿਰਪਾ ਕਰੇ ਹਾਂਜੀ ਸਾਧ ਸੰਗਤ ਜੀ ਇਸ ਵੇਲੇ ਬਾਹਰ ਪਾਰਕ 'ਚੋਂ ਹੁਣ ਘਰ ਵਿੱਚ ਆ ਗਏ ਹਾਂ ਜੀ ਅਤੇ ਹੁਣ ਸ਼ਾਮ ਨੂੰ ਆਪਾਂ ਕੀਰਤਨ ਸਮਾਗਮਾਂ 'ਤੇ ਹਾਜ਼ਰੀ ਭਰਾਂਗੇ ਫਰੀ ਮਾਊਂਟ ਗੁਰੂ ਘਰ ਵਿਖੇ ਸੋ ਇਸ ਵੇਲੇ ਇੱਥੇ ਹੀ ਆਪਾਂ ਹੁਣ ਸਮਾਪਤੀ ਕਰਦੇ ਹਾਂ ਅਤੇ ਇਸੇ ਤਰ੍ਹਾਂ ਆਪ ਜੁੜੇ ਰਹੋ ਵੱਖ ਵੱਖ ਜਗ੍ਹਾ 'ਤੇ ਜਦੋਂ ਜਾਈਦਾ ਆਪ ਜੀ ਨੂੰ ਜ਼ਰੂਰ ਉੱਥੋਂ ਜ਼ਰੂਰ ਆਪਾਂ ਆਪ ਜੀ ਨਾਲ ਗੱਲਬਾਤ ਕਰਦੇ ਹਾਂ ਇਸੇ ਕਰਕੇ ਤਾਂ ਜੋ ਆਪ ਜਾਣੂ ਹੋ ਸਕੋ ਔਰ ਬੱਚੇ ਖਾਸ ਕਰਕੇ ਛੋਟੇ ਛੋਟੇ ਜਦੋਂ ਇਹਨਾਂ ਛੋਟੇ ਛੋਟੇ ਬਲੋਕਾਂ ਦੇ ਨਾਲ ਜੁੜਦੇ ਨੇ ਅਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਅਤੇ ਇਸੇ ਤਰ੍ਹਾਂ ਯਤਨ ਕਰਨਾ ਹੈ ਕਿ ਆਪਾਂ ਜਿੱਥੇ ਬੱਚੇ ਹੋਰ ਤਰ੍ਹਾਂ ਦੇ ਫੋਨ ਦੇ ਨਾਲ ਗੇਮਾਂ ਦੇ ਨਾਲ ਜੁੜਦੇ ਨੇ ਅਤੇ ਵੱਧ ਤੋਂ ਵੱਧ ਯਤਨ ਕਰੀਏ ਕਿ ਪਾਵਨ ਬਾਣੀ ਦੇ ਨਾਲ ਜੋੜੀਏ ਔਰ ਇਸੇ ਤਰ੍ਹਾਂ ਬਲੋਕਾਂ ਦੇ ਨਾਲ ਜੁੜ ਕਰਕੇ ਅਤੇ ਬੱਚਿਆਂ ਨੂੰ ਜੋੜੀਏ ਤਾਂ ਜੋ ਵੱਧ ਤੋਂ ਵੱਧ ਬੱਚੇ ਲਾਭ ਪ੍ਰਾਪਤ ਕਰ ਸਕਣ ਔਰ ਵੱਧ ਤੋਂ ਵੱਧ ਗੁਰੂ ਕੀ ਬਾਣੀ ਪੜ੍ਹ ਸਕਣ ਜੀ ਸੋ ਅੱਜ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ ਅਤੇ ਅਗਲੇ ਬਲੋਕ 'ਚ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ